ਵਾਧਾ ਹੋਇਆਗਾ ਇਸੇ ਤਰ੍ਹਾਂ ਨਵੀਂ ਐਕਸਾਈਜ਼ ਦੀ ਪਾਲਿਸੀ ਆਉਣ ਦੇ ਕਾਰਨ ਉਹਦੇ 'ਚ ਵਾਧਾ ਹੋਇਆਗਾ ਸੋ ਲਗਾਤਾਰ ਜੀ ਐਸ ਟੀ ਦੀ ਮੈਂ ਗੱਲ ਕਰਾਂ 23% ਦਾ ਵਾਧਾ ਹੋਇਆਗਾ 6 ਮਹੀਨਿਆਂ ਦੇ ਵਿੱਚ ਔਰ ਜੇ ਮੈਂ ਐਕਸਾਈਜ਼ ਦੀ ਗੱਲ ਕਰਾਂ ਤਾਂ 38% ਦਾ ਵਾਧਾ ਹੋਇਆਗਾ ਪੰਜਾਬ ਦੇ ਵਿੱਤੀ ਹਾਲਾਤ ਲਗਾਤਾਰ ਸੁਧਰ ਰਹੇ ਨੇਗੇ ਔਰ ਸਾਰੇ ਜਿੰਨੀਆਂ ਵਾਅਦੇ ਜਿੰਨੀਆਂ ਕਮਿਟਮੈਂਟ ਅਰਵਿੰਦ ਕੇਜਰੀਵਾਲ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਜੂ ਮੁੱਖ ਮੰਤਰੀ ਸਾਹਿਬ ਨੇ ਕੀਤੀਆਂ ਉਹ ਸਾਰੀਆਂ ਪੂਰੀਆਂ ਹੋ ਰਹੀਆਂ ਹਜ਼ਾਰ ਰੁਪਏ ਕਦੋਂ ਆ ਰਹੀ ਮਹਿਲਾਵਾਂ ਨੂੰ ਜਿਹੜਾ ਬਹੁਤ ਜਲਦੀ ਜਦੋਂ ਜਿਹੜੀਆਂ ਸਾਰੀਆਂ ਲਗਭਗ ਗਰੰਟੀਆਂ ਪੂਰੀਆਂ ਹੋ ਗਈ ਗਰੰਟੀ ਰਹਿ ਗਈ ਬੜੀ ਜਲਦੀ ਪੂਰੀ ਹੋ ਜਾਏਗੀ ਜਿਹੜਾ 84 ਦੇ ਦੰਗੇ ਨੂੰ ਲੈ ਕੇ ਜਿਹੜਾ ਬੀਜੇਪੀ ਨੇ ਮੰਗ ਕੀਤੀ ਆ ਵੀ ਉਹ ਜਨਤਕ ਕੀਤੇ ਜਾਣ ਪਹਿਲਾਂ ਕਿਸ ਤਰ੍ਹਾਂ ਦੇਖਦੇ ਦੇਸ਼ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਕੇਂਦਰ ਦੀ ਸਰਕਾਰ ਕੀ ਦੀ ਹੈਗੀ ਕਿਹਨੂੰ ਪੁੱਛ ਰਹੀ ਹੈ ਬੀਜੇਪੀ ਇਹਦਾ ਮਤਲਬ ਬੀਜੇਪੀ ਜਿਹੜੀ ਆ ਦੋਗਰੀ ਰਾਜਨੀਤੀ ਕਰ ਰਹੀ ਆ ਉਹਦੀ ਸਰਕਾਰ ਆ ਕਿਉਂ ਨਹੀਂ ਕਰ ਰਹੀ ਜਨਤਕ ਇਹਦਾ ਮਤਲਬ ਕਿ ਬੀਜੇਪੀ ਜਿਹੜੀ ਆ ਦੋਗਰੀ ਰਾਜਨੀਤੀ ਕਰ ਰਹੀ ਹੈ ਤੇਰੇ ਬਾਅਦ ਜਿਹੜਾ ਪ੍ਰਫੁੱਲਤ ਹੋ ਰਿਹਾ ਕਿਵੇਂ ਜੱਜ ਕਰਦੇ ਵਿਰੋਧੀ ਪਾਰਟੀ ਕਹਿੰਦੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਦੇਖੋ ਪੰਜਾਬ ਦਾ ਮਾਹੌਲ ਬਿਲਕੁਲ ਠੀਕ ਆ ਸੁਰੱਖਿਆ ਬਣਾ ਕੇ ਰੱਖਣੀ ਸਾਡੀ ਜ਼ਿੰਮੇਵਾਰੀ ਆ ਔਰ ਸੁਰੱਖਿਆ ਬਣਾ ਕੇ ਰੱਖਣਾ ਅਮਨ ਪਾਲ ਸਿੰਘ ਨੂੰ ਲੈ ਕੇ ਕਿਸ ਤਰ੍ਹਾਂ ਪੰਜਾਬ ਹੋ ਗਿਆ ਜੀ ਬਸ ਥੈਂਕ ਯੂ ਚਾਰ ਰੁਪਏ ਕਦੋਂ ਆ ਰਹੀ ਮਹਿਲਾਵਾਂ ਨੂੰ ਜਿਹੜਾ ਬਹੁਤ ਜਲਦੀ ਜਦੋਂ ਜਿਹੜੀਆਂ ਸਾਰੀਆਂ ਲਗਭਗ ਗਰੰਟੀਆਂ ਪੂਰੀਆਂ ਵੀ ਗਰੰਟੀ ਰਹਿ ਗਈ ਬੜੀ ਜਲਦੀ ਪੂਰੀ ਹੋਈ ਦੇਖੋ ਪੰਜਾਬ ਦੇ ਵਿੱਤੀ ਹਾਲਾਤ ਲਗਾਤਾਰ ਸੁਧਰ ਰਹੇ ਨੇ ਪੰਜਾਬ ਦਾ ਜੀਐਸਟੀ ਦਾ ਮਾਲੀਆ ਉਹਦੇ ਵਿੱਚ ਵੱਡੀ ਜਿਹੜੀ ਆ ਵਾਧਾ ਹੋਇਆਗਾ ਇਸੇ ਤਰ੍ਹਾਂ ਨਵੀਂ ਐਕਸਾਈਜ਼ ਦੀ ਪਾਲਿਸੀ ਆਉਣ ਦੇ ਕਾਰਨ ਉਹਦੇ 'ਚ ਵਾਧਾ ਹੋਇਆਗਾ ਸੋ ਲਗਾਤਾਰ ਜੀਐਸਟੀ ਦੀ ਮੈਂ ਗੱਲ ਕਰਾਂ 23% ਦਾ ਵਾਧਾ ਹੋਇਆਗਾ 6 ਮਹੀਨਿਆਂ ਦੇ ਵਿੱਚ ਔਰ ਜੇ ਮੈਂ ਐਕਸਾਈਜ਼ ਦੀ ਗੱਲ ਕਰਾਂ ਤਾਂ 38% ਦਾ ਵਾਧਾ ਹੋਇਆਗਾ ਪੰਜਾਬ ਦੇ ਵਿੱਤੀ ਹਾਲਾਤ ਲਗਾਤਾਰ ਸੁਧਰ ਰਹੇ ਨੇਗੇ ਔਰ ਸਾਰੇ ਜਿੰਨੀਆਂ ਵਾਅਦੇ ਜਿੰਨੀਆਂ ਕਮਿਟਮੈਂਟ ਅਰਵਿੰਦ ਕੇਜਰੀਵਾਲ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਜੂ ਮੁੱਖ ਮੰਤਰੀ ਸਾਹਿਬ ਨੇ ਕੀਤੀਆਂ ਉਹ ਸਾਰੀਆਂ ਪੂਰੀਆਂ ਹੋ ਰਹੀਆਂ ਹਜ਼ਾਰ ਰੁਪਏ ਕਦੋਂ ਆ ਰਹੀ ਮਹਿਲਾਵਾਂ ਨੂੰ ਜਿਹੜਾ ਬਹੁਤ ਜਲਦੀ ਜਦੋਂ ਜਿਹੜੀਆਂ ਸਾਰੀਆਂ ਲਗਭਗ ਗਰੰਟੀਆਂ ਪੂਰੀਆਂ ਵੀ ਗਰੰਟੀ ਰਹਿ ਗਈ ਬੜੀ ਜਲਦੀ ਪੂਰੀ ਹੋ ਜਾਏਗੀ ਜਿਹੜਾ 84 ਦੇ ਦੰਗੇ ਨੂੰ ਲੈ ਕੇ ਜਿਹੜਾ ਬੀਜੇਪੀ ਨੇ ਮੰਗ ਕੀਤੀ ਆ ਵੀ ਉਹ ਜਨਤਕ ਕੀਤੇ ਜਾਣ ਪਹਿਲਾਂ ਕਿਸ ਤਰ੍ਹਾਂ ਦੇਖਦੇ ਦੇਸ਼ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਕੇਂਦਰ ਦੀ ਸਰਕਾਰ ਕੀ ਦੀ ਹੈਗੀ ਕਿਹਨੂੰ ਪੁੱਛ ਰਹੀ ਹੈ ਬੀਜੇਪੀ ਇਹਦਾ ਮਤਲਬ ਬੀਜੇਪੀ ਜਿਹੜੀ ਆ ਦੋਗਰੀ ਰਾਜਨੀਤੀ ਕਰ ਰਹੀ ਆ ਉਹਦੀ ਸਰਕਾਰ ਆ ਕਿਉਂ ਨਹੀਂ ਕਰ ਰਹੀ ਜਨਤਕ ਇਹਦਾ ਮਤਲਬ ਕਿ ਬੀਜੇਪੀ ਜਿਹੜੀ ਆ ਦੋਗਰੀ ਰਾਜਨੀਤੀ ਕਰ ਰਹੀ ਤੇਰੇ ਬਾਅਦ ਜਿਹੜਾ ਪ੍ਰਫੁੱਲਤ ਹੋ ਰਿਹਾ ਕਿਵੇਂ ਜੱਜ ਕਰਦੇ ਵਿਰੋਧੀ ਪਾਰਟੀ ਕਹਿੰਦੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਨੇ ਦੇਖੋ ਪੰਜਾਬ ਦਾ ਮਾਹੌਲ ਬਿਲਕੁਲ ਠੀਕ ਆ ਸੁਰੱਖਿਆ ਬਣਾ ਕੇ ਰੱਖਣੀ ਸਾਡੀ ਜ਼ਿੰਮੇਵਾਰੀ ਆ ਔਰ ਸੁਰੱਖਿਆ ਬਣਾ ਕੇ ਰੱਖਣਾ ਅਮਨ ਪਾਲ ਸਿੰਘ ਨੂੰ ਲੈ ਕੇ ਕਿਸ ਤਰ੍ਹਾਂ ਪੰਜਾਬ ਹੋ ਗਿਆ ਜੀ ਬਸ ਥੈਂਕ ਯੂ ਚਾਰ ਰੁਪਏ ਕਦੋਂ ਆ ਰਹੀ ਮਹਿਲਾਵਾਂ ਨੂੰ ਜਿਹੜਾ ਬਹੁਤ ਜਲਦੀ ਜਦੋਂ ਜਿਹੜੀਆਂ ਸਾਰੀਆਂ ਲਗਭਗ ਗਰੰਟੀਆਂ ਪੂਰੀਆਂ ਵੀ ਗਰੰਟੀ ਰਹਿ ਗਈ ਬੜੀ ਜਲਦੀ ਪੂਰੀ ਹੋ ਜਾਏਗੀ ਦੇਖੋ ਪੰਜਾਬ ਦੇ ਵਿੱਤੀ ਹਾਲਾਤ ਲਗਾਤਾਰ ਸੁਧਰ ਰਹੇ ਨੇ ਪੰਜਾਬ ਦਾ ਜੀਐਸਟੀ ਦਾ ਮਾਲੀਆ ਉਹਦੇ ਵਿੱਚ ਵੱਡੀ ਜਿਹੜੀ ਆ ਵਾਧਾ ਹੋਇਆਗਾ ਇਸੇ ਤਰ੍ਹਾਂ ਨਵੀਂ ਐਕਸਾਈਜ਼ ਦੀ ਪਾਲਿਸੀ ਆਉਣ ਦੇ ਕਾਰਨ ਉਹਦੇ 'ਚ ਵਾਧਾ ਹੋਇਆਗਾ ਸੋ ਲਗਾਤਾਰ ਜੀਐਸਟੀ ਦੀ ਮੈਂ ਗੱਲ ਕਰਾਂ 23% ਦਾ ਵਾਧਾ ਹੋਇਆਗਾ 6 ਮਹੀਨਿਆਂ ਦੇ ਵਿੱਚ ਔਰ ਜੇ ਮੈਂ ਐਕਸਾਈਜ਼ ਦੀ ਗੱਲ ਕਰਾਂ ਤਾਂ 38% ਦਾ ਵਾਧਾ ਹੋਇਆਗਾ ਪੰਜਾਬ ਦੇ ਵਿੱਤੀ ਹਾਲਾਤ ਲਗਾਤਾਰ ਸੁਧਰ ਰਹੇ ਨੇਗੇ ਔਰ ਸਾਰੇ ਜਿੰਨੀਆਂ ਵਾਅਦੇ ਜਿੰਨੀਆਂ ਕਮਿਟਮੈਂਟ ਅਰਵਿੰਦ ਕੇਜਰੀਵਾਲ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਜੂ ਮੁੱਖ ਮੰਤਰੀ ਸਾਹਿਬ ਨੇ ਕੀਤੀਆਂ ਉਹ ਸਾਰੀਆਂ ਪੂਰੀਆਂ ਹੋ ਰਹੀਆਂ ਹਜ਼ਾਰ ਰੁਪਏ ਕਦੋਂ ਆ ਰਹੀ ਮਹਿਲਾਵਾਂ ਨੂੰ ਜਿਹੜਾ ਬਹੁਤ ਜਲਦੀ ਜਦੋਂ ਜਿਹੜੀਆਂ ਸਾਰੀਆਂ ਲਗਭਗ ਗਰੰਟੀਆਂ ਪੂਰੀਆਂ ਵੀ ਗਰੰਟੀ ਰਹਿ ਗਈ ਬੜੀ ਜਲਦੀ ਪੂਰੀ ਹੋ ਜਾਏਗੀ ਜਿਹੜਾ 84 ਦੇ ਦੰਗੇ ਨੂੰ ਲੈ ਕੇ ਜਿਹੜਾ ਬੀਜੇਪੀ ਨੇ ਮੰਗ ਕੀਤੀ ਆ ਵੀ ਉਹ ਜਨਤਕ ਕੀਤੇ ਜਾਣ ਪਹਿਲਾਂ ਕਿਸ ਤਰ੍ਹਾਂ ਦੇਖਦੇ ਦੇਸ਼ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਕੇਂਦਰ ਦੀ ਸਰਕਾਰ ਕੀ ਦੀ ਹੈਗੀ ਕਿਹਨੂੰ ਪੁੱਛ ਰਹੀ ਹੈ ਬੀਜੇਪੀ ਇਹਦਾ ਮਤਲਬ ਬੀਜੇਪੀ ਜਿਹੜੀ ਆ ਦੋਗਰੀ ਰਾਜਨੀਤੀ ਕਰ ਰਹੀ ਆ ਉਹਦੀ ਸਰਕਾਰ ਆ ਕਿਉਂ ਨਹੀਂ ਕਰ ਰਹੀ ਜਨਤਕ ਇਹਦਾ ਮਤਲਬ ਕਿ ਬੀਜੇਪੀ ਜਿਹੜੀ ਆ ਦੋਗਰੀ ਰਾਜਨੀਤੀ ਕਰ ਤੇਰੇ ਬਾਅਦ ਜਿਹੜਾ ਪ੍ਰਫੁੱਲਤ ਹੋ ਰਿਹਾ ਕਿਵੇਂ ਜੱਜ ਕਰਦੇ ਵਿਰੋਧੀ ਪਾਰਟੀ ਕਹਿੰਦੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਨੇ ਦੇਖੋ ਪੰਜਾਬ ਦਾ ਮਾਹੌਲ ਬਿਲਕੁਲ ਠੀਕ ਆ ਸੁਰੱਖਿਆ ਬਣਾ ਕੇ ਰੱਖਣੀ ਸਾਡੀ ਜ਼ਿੰਮੇਵਾਰੀ ਆ ਔਰ ਸੁਰੱਖਿਆ ਬਣਾ ਕੇ ਰੱਖਣਾ ਅਮਨ ਪਾਲ ਸਿੰਘ ਨੂੰ ਲੈ ਕੇ ਕਿਸ ਤਰ੍ਹਾਂ ਪੰਜਾਬ ਹੋ ਗਿਆ ਜੀ ਬਸ ਥੈਂਕ ਯੂ